ਪਰਮ ਸਤਕਾਰਯੋਗ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੀਏ ਤਿਆਖੀਏ ਧਾਂਸੀਰ ਸਾਧਗੁਰੂ ਜਗਜੀਤ ਸਿੰਘ ਜੀ ਧਾਂਸੀਰ ਸਾਧਗੁਰੂ ਉਦੇਸ ਸਿੰਘ ਜੀ ਸਾਧ ਸੰਗਤ ਜੀ ਅੱਜ ਦੀ ਸਾਖੀ ਸੰਬੰਧਿਤ ਹੈ ਸੰਤ ਲਖਬੀਰ ਸਿੰਘ ਜੀ ਦੱਸਦੇ ਹਨ ਕਿ ਮਾਈ ਰੱਖੀਸ਼ੀ ਰੀ ਪੈਣੀ ਸਾਹਿਬ ਰਾਂਦੀ ਸੀ ਉਹ ਜ਼ਿਆਦਾ ਢਿੱਲੀ ਹੋ ਗਈ ਉਹਨੂੰ ਲਕਵੇ ਦਾ ਦੌਰਾ ਪੈ ਗਿਆ ਮਾਈ ਬੜੀ ਭਜਨੀਕ ਸੀ ਸਾਰੀ ਉਮਰ ਮਾਤਾ ਨੇ ਵੱਡੀ ਸੋਧ ਮਰਿਆਦਾ ਰੱਖ ਕੇ ਆਪਣਾ ਜੀਵਨ ਸਫਲਾ ਕੀਤਾ ਸੱਚੇ ਪਾਛ ਜੀ ਸ਼੍ਰੀ ਜੀਵਨਗਰ ਦੀ ਧਰਤੀ ਉਤਾਰ ਰਹੇ ਸਨ ਪੂਜਯਾ ਸ਼੍ਰੀ ਮਾਤਾ ਚੰਦਗੌਰ ਜੀ ਨੇ ਸ਼੍ਰੀ ਪੈਨੇਸੇਪ ਤੋਂ ਸ਼੍ਰੀ ਜੀਵਨਗਰ ਫੋਨ ਕੀਤਾ ਸਤਲਖबीर ਸਿੰਘ ਨੂੰ ਸੁਨੇਹਾ ਦਿੱਤਾ ਕਿ ਉਹ ਮਾਈ ਰੱਖੀ ਬਾਰੇ ਪਾਛ ਜੀ ਅੱਗੇ ਅਰਜ਼ ਕਰਕੇ ਦੱਸੇ ਕਿ ਉਸ ਦਾ ਕੀ ਕਰੀਏ ਸੰਤ ਲਖਬੀਰ ਸਿੰਘ ਨੇ ਪੂਜਯਾ ਮਾਤਾ ਜੀ ਦਾ ਸੁਨੇਹਾ ਸਾਧਗੁਰੂ ਜੀ ਦੇ ਚਰਣਾ ਵਿੱਚ ਜਾ ਪਹੁੰਚਾਇਆ ਕਿ ਮਾਈ ਰੱਖੀ ਇੰਨੀ ਤੰਗ ਹੈ ਕਿ ਵੇਖਿਆ ਨਹੀਂ ਜਾਂਦਾ ਉਸ ਨੂੰ ਤੜਪਦਿਆਂ ਨੂੰ ਆਪ ਜੀ ਕਿਰਪਾ ਕਰਨ ਮਾਈ ਨੂੰ ਆਰ ਜਾਂ ਪਾਰ ਕਰਨ ਬਾਸ਼ਯਾ ਜੀ ਨੇ ਹੁਕਮ ਕੀਤਾ ਮਾਤਾ ਜੀ ਨੂੰ ਗਉ ਹਵਨ ਤੇ ਵਰਨੀ ਕਰਵਾ ਦੇਣ ਮਾਈ ਦੇ ਨਮਿਤ ਸਤਿਬਚਨ ਕਹੇ ਲਖਬੀਰ ਸਿੰਘ ਨੇ ਮਾਤਾ ਜੀ ਨੂੰ ਬਾਸ਼ਯਾ ਜੀ ਦਾ ਹੁਕਮ ਸੁਣਾਤਾ ਮਾਤਾ ਜੀ ਨੇ ਉਸੇ ਵੇਲੇ ਹਵਨ ਤੇ ਵਰਨੀ ਕਰਵਾ ਦਿੱਤੀ ਅਗਲੇ ਪਲਕ ਮਾਈ ਰੱਖੀ ਦਾ ਸ਼ਰੀਰ ਸ਼ਾਂਤ ਹੋ ਗਿਆ ਉਹ ਪਾਰ ਹੋ ਗਈ ਉਸਦੇ ਸਾਰੇ ਦੁੱਖ ਮਿਟ ਗਏ ਮਾਤਾ ਜੀ ਨੇ ਫੇਰ ਟੈਲੀਫੋਨ ਤੇ ਮਾਈ ਰੱਖੀ ਦੀ ਚੜਾਈ ਕਰ ਜਾਣ ਬਾਰੇ ਦੱਸਿਆ ਸਤਲਖਬੀਰ ਸਿੰਘ ਜੀ ਪਾਸ਼ਾ ਜੀ ਨੂੰ ਅਰਜ ਕਰਨ ਗਏ ਪਾਸ਼ਾ ਜੀ ਨੇ ਪਹਿਲਾਂ ਹੀ ਉਤਾਵਲੇ ਹੋ ਪੁੱਛਿਆ ਮਾਈ ਦਾ ਕੀ ਸੁਨੇਹਾ ਹੈ ਪਾਸ਼ਾ ਜੀ ਮਾਈ ਚੜਾਈ ਕਰ ਗਈ ਹੈ ਲਖਬੀਰ ਨੇ ਦੱਸਿਆ ਉਹ ਤੇ ਹੋਣਾ ਹੀ ਸੀ ਇਦਾਂ ਵਾਹ ਵਾਹ ਅੰਤਰਜਾਮੀ ਸਤਗੁਰੂ ਤੇਰੀਆਂ ਕੁਦਰਤਾਂ ਤੂੰ ਹੀ ਜਾਣੇ ਫੇਰ ਬਚਨ ਕੀਤਾ ਚਲੋ ਹੁਣ ਸੁਖੀ ਹੋ ਗਈ ਏ ਐਸੀ ਤਰ੍ਹਾਂ ਇੱਥੇ ਸਰਸੇ ਵੀ ਇੱਕ ਸਿੱਖ ਸੀ ਬੜਾ ਬਜ਼ੁਰਗ ਸੀ ਉਹ ਵੀ ਬਹੁਤ ਢਿੱਲੇ ਹੋ ਗਏ ਬਹੁਤ ਆਂਗਸਨ ਉਹਨਾਂ ਦੇ ਘਰਦਿਆਂ ਨੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਜ ਕੀਤੀ ਪਾਸ਼ਾ ਜੀ ਬਜ਼ੁਰਗ ਬਹੁਤ ਹੀ ਤੰਗ ਨੇ ਸਾਡੇ ਕੋਲ ਉਹਨਾਂ ਦਾ ਦੁੱਖ ਦੇਖਿਆ ਨਹੀਂ ਜਾਂਦਾ ਜੀ ਕਿਰਪਾ ਕਰੋ ਉਹਨਾਂ ਨੂੰ ਇਸ ਦੁੱਖ ਤੋਂ ਛੁਟਕਾਰਾ ਦਿਵਾਓ ਸੱਚੇ ਪਾਤਸ਼ਾਹ ਜੀ ਨੇ ਦੀਵਾਨ ਵਿੱਚ ਅਰਜ ਸੁਣੀ ਬਜ਼ੁਰਗਾਂ ਦੀ ਨੂੰ ਕੋਲੋਂ ਹੋਰ-ਹੋਰ ਬਚਨ ਕਰਨ ਲੱਗ ਪਈ ਸੰਤ ਲਖਵੀਰ ਸਿੰਘ ਨੇ ਕੋਲੋਂ ਕਿਹਾ ਬੀਬੀ ਤੁ ਐਵੇਂ ਹੋਰ-ਹੋਰ ਬਚਨ ਨਾ ਕਰ ਬਜ਼ੁਰਗ ਦੀ ਅਰਜ ਹੋ ਗਈ ਹੈ ਪਾਸ਼ਾ ਜੀ ਨੇ ਜੋ ਹੁਕਮ ਕੀਤਾ ਹੈ ਉਹ ਹੋਣ ਦੇ ਪਾਸ਼ਾ ਜੀ ਨੇ ਪੁਰਬਾ ਜੀ ਨੂੰ ਹੁਕਮ ਕੀਤਾ ਬਜ਼ੁਰਗਾਂ ਦੀ ਅਰਦਾਸ ਕਰ ਦਿਓ ਹੁਕਮਕਾਰ ਭੋਗ ਪਾ ਪਾਸ਼ਾ ਜੀ ਸ਼੍ਰੀ ਭੈਣੀ ਸਹਿਬਾਗੇ ਦੋ ਦਿਨ ਬਾਅਦ ਪਾਸ਼ਾ ਜੀ ਨੇ ਸ਼੍ਰੀ ਭੈਣੀ ਸਾਹਿਬ ਤੋਂ ਸੰਤ ਲਖਵੀਰ ਸਿੰਘ ਨੂੰ ਫੋਨ ਕਰਕੇ ਪੁੱਛਿਆ ਉਹਨਾਂ ਬਜ਼ੁਰਗਾ ਦਾ ਕੀ ਹਾਲ ਹੈ ਜਿਸ ਦੀ ਮਾਈ ਨੇ ਅਰਜ਼ੀ ਕੀਤੀ ਸੀ ਉਹ ਤੇ ਅਗਲੇ ਦਿਨ ਸਵੇਰੀ ਚੜਾਈ ਕਰ ਗਏ ਹਨ ਸਤਿ ਲਕਸ਼ਮੀ ਸਿੰਘ ਨੇ ਸੱਚੇ ਪਾਸ਼ਾ ਜੀ ਦੀ ਅੰਤਰੀ ਆਤਮਾ ਤੇ ਮੁਸਕੁਰਾਉਂਦਿਆਂ ਜਵਾਬ ਦਿੱਤਾ ਚਲੋ ਚੰਗਾ ਹੋਇਆ ਠੀਕ ਹੈ ਪਾਸ਼ਾ ਜੀ ਨੇ ਫੁਰਮਾਇਆ ਸੋ ਇਹ ਸਾਧਗੁਰ ਤੇ ਅਕਾਲ ਪੁਰਖ ਦੇ ਧਾਰ ਕੇ ਇਸ ਦੁਨੀਆ ਤੇ ਆਇਆ ਹੈ ਸਾਰੀ ਸ੍ਰਿਸ਼ਟੀ ਦਾ ਪਲਾ ਕਰਨ ਲਈ ਪਾਸ਼ਾ ਜੀ ਇੰਨੇ ਸ਼ਾਂਤ ਸੁਭਾਹ ਹਨ ਕਿ ਗੁੱਸਾ ਤੇ ਆਪ ਜੀ ਨੂੰ ਕਦੇ ਆਉਂਦਾ ਹੀ ਨਹੀਂ ਬੂਰੇ ਦਾ ਪਲਾਕਰ ਗੁੱਸਾ ਮਾਨ ਨਾ ਹੰਡਾਏ ਵਾਲੀ ਤੁਕ ਅਨੁਸਾਰ ਹਮੇਸ਼ਾ ਨਿੰਦਕਾ ਪਾਪੀਆਂ ਦਾ ਵੀ ਭਲਾ ਕਰਦੇ ਹਨ ਜੇ ਕਦੇ ਕਿਸੇ ਨਾਮਤਾਰੀ ਸਿੱਖ ਨੂੰ ਗੁੱਸੇ ਨਾਲ ਵੀ ਬਚਨ ਕਰਦੇ ਹਨ ਤੇ ਸਮਝੋ ਕਿ ਜਿਵੇਂ ਇੱਕ ਬਾਪ ਬੱਚੇ ਨੂੰ ਸਿੱਧੇ ਰਾਹ 'ਤੇ ਪਾਉਣ ਲਈ ਉਸ ਨੂੰ ਹਰ ਗੱਲੋਂ ਵਰਜਦਾ ਹੈ ਇਸੇ ਤਰ੍ਹਾਂ ਧਿਆਨ ਰੱਖਦੇ ਹਨ ਉਹ ਚਾਹੁੰਦੇ ਹਨ ਕਿ ਉਸ ਦੇ ਸਿੱਖ ਕੋਲ ਕਦੇ ਵੀ ਕੋਈ ਐਸਾ ਕੰਮ ਨਾ ਹੋਵੇ ਜਿਸ ਨਾਲ ਉਸ ਨੂੰ ਕਿਸੇ ਕਿਸਮ ਦੀ ਤਕਲੀਫ ਹੋਵੇ ਹਾਰ ਵੀਲੀ ਸ੍ਰਿਸ਼ਟੀ ਦਾ ਮਨੁੱਖ ਦਾ ਜੀਵਾਂ ਦਾ ਭਲਾ ਕਰਨ ਵਾਲਾ ਪਰਉਪਕਾਰੀ ਸਾਧਗੁਰੂ ਸ਼੍ਰੀ ਸਾਗੁਰ ਜਗਜੀਤ ਸਿੰਘ ਜੀ ਤੋਂ ਬਿਨਾ ਹੋਰ ਕੋਈ ਦੂਸਰਾ ਹੋ ਹੀ ਨਹੀਂ ਸਕਦਾ ਗਰੀਬਾਂ ਦਾ ਭਲਾ ਕਰਨਾ ਦੁਖੀਆਂ ਦੇ ਮਾਨਸਿਕ ਤੇ ਸਰੀਰਿਕ ਦੁੱਖ ਆਪਣੀ ਮਧੂਰ ਬਚਨਾਂ ਨਾਲ ਹੀ ਦੂਰ ਕਰ ਦੇਣੇ ਇਹ ਉਸ ਦੇਵੀ ਪਰਉਪਕਾਰੀ ਅਕਾਲ ਪੁਰਖ ਦਾ ਹੀ ਕੰਮ ਹੈ ਤਾਂ ਸ਼੍ਰੀ ਸਾਗੁਰ ਜਗਜੀਤ ਸਿੰਘ ਜੀ ਮਹਾਰਾਜ ਲਖਬੀਰ ਸਿੰਘ ਸੰਜੀ ਇੱਕ ਹੋਰ ਸਾਕੇ ਸੁਣਾਉਂਦੇ ਹਨ ਕਿ ਉਹਨਾਂ ਨੇ ਮੇਲਾ ਕਰਾਉਣ ਬਾਰੇ ਸਚੇ ਪਾਤਸ਼ਾਹ ਜੀ ਅੱਗੇ ਅਰਜ਼ਿ ਕੀਤੀ ਪਰ ਮੇਲੇ ਦੀ ਕੋਈ ਤਾਰੀਖ ਹੀ ਨਾ ਮਿਲੀ ਸਚੇ ਪਾਤਸ਼ਾਹ ਜੀ ਨੇ ਈਸ਼ਰੀ ਜੀਵਨ ਅਗਰ ਦਰਸ਼ਨ ਵੀ ਦਿੱਤੇ ਤਾਂ ਵੀ ਕੋਈ ਗਾਲ ਨਾ ਬਣੇ ਦੋ ਤਿੰਨ ਵਾਰੀ ਸੰਤ ਗੁਰਮukh ਸਿੰਘ ਨੂੰ ਵੀ ਅਰਜ਼ ਬੇਨਤੀ ਕਰਨ ਲਈ ਕਿਆ ਮਨ ਵਿੱਚ ਤਮੰਨਾ ਕਿ ਬਸੰਤ ਮਨਾਇ ਜਾਵੇ ਸੇ ਸਾਧਗੁਰ ਜੀ ਦੀ ਹਜ਼ੂਰੀ ਵਿੱਚ ਪਰ ਕੋਈ ਗੱਲ ਨਹੀਂ ਨ ਬਣੀ ਸੱਚੇ ਬਾਸ਼ਾ ਜੀ ਨੇ THAILAND ਜਾਣ ਦੀ ਤਿਆਰੀ ਕਰ ਲਈ ਕਈ ਦਿਨਾਂ ਦਾ ਧਰਾ ਸੀ ਹੁਣ ਤੇ ਉਹਨਾਂ ਨੇ ਆਇਆ ਤੇ ਹੀ ਗੱਲ ਬਣਨੀ ਸੀ ਪਰ ਕਿਰਪਾ ਸਾਧਗੁਰ ਜੀ ਦੀ ਉਹ ਤੇ ਦਿਲਾਂ ਦੀਆਂ ਜਾਣਦਾ ਹੈ ਅਚਾਨਕ THAILAND ਤੋਂ ਸੰਤ ਲਖਬੀਰ ਸਿੰਘ ਹੋਰਾਂ ਨੂੰ ਫੋਨ ਆਇਆ ਫੋਨ ਤੇ ਸੱਚੇ ਬਾਸ਼ਾ ਜੀ ਆਪ ਬਚਨ ਕਰਨ ਦੀ ਕਿਰਪਾ ਕਰ ਰਹੇ ਸਨ ਬਾਸ਼ਾ ਜੀ ਨੇ ਆਪ ਹੁਕਮ ਕੀਤਾ ਮੇਰਾ ਮਾਨ ਕਰਦਾ ਹੈ ਮੈਂ 15 ਨੂੰ ਦਿੱਲੀ ਆਉਣਾ ਹੈ ਤੇ 16 17 ਨੂੰ ਸ਼੍ਰੀ ਜੀਵਨਗਰ ਆਵਾਂ ਪਾਸ਼ਾ ਜੀ ਸ਼੍ਰੀ ਜੀਵਨਗਰ ਆਪ ਜੀ ਦਾ ਆਪ ਮਾਲਕ ਹੋ ਜਦੋਂ ਚਾਹੋ ਆ ਜਾਓ ਵੱਡੇ بڑے ਧਨ ਭਾਗ ਸਾਡੇ ਜੋ ਸਾਨੂੰ ਵੀ ਦਰਸ਼ਨ ਹੋ ਜਾਣਗੇ ਫਿਰ ਪੁੱਛਿਓ ਨੀ ਇੱਧਰ ਸ਼੍ਰੀ ਜੀਵਨਗਰ ਵਾਲ ਫੋਨ ਦਾ ਕਿਸ ਤਰ੍ਹਾਂ ਹੈ ਗਰੀਬ ਨਿਵਾਜਿਓ ਫੋਨ ਦੀ ਹਾਲਤ ਤਾਂ ਇਸ ਤਰ੍ਹਾਂ ਹੀ ਹੈ ਪਰ ਹੁਕਮ ਕਰੋ ਜੀ ਲਖਬੀਰ ਸਿੰਘ ਨੇ ਜਵਾਬ ਦਿੱਤਾ ਅੱਛਾ ਫਿਰ ਜਿੱਦਾਂ ਵੀ ਹੋ ਸਕੇ ਆਪ ਜਾ ਕੇ ਭਾਵੇਂ ਅਵਤਾਰ ਸਿੰਘ ਨੂੰ ਮੇਰੇ ਆਉਣ ਬਾਰੇ ਸੁਨੇਹਾ ਦੇਵ ਪਾਸ਼ਾ ਜੀ ਨੇ ਹੁਕਮ ਕੀਤਾ ਅਵਤਾਰ ਸਿੰਘ ਸ਼੍ਰੀ ਜੀਵਨਗਰ ਦਾ ਮੁਖਤਿਆਰ ਬੰਦਾ ਹੈ ਉਹ ਉਧਰ ਦੇ ਸਾਰੇ ਅਦਾਲਤੀ ਤੇ ਦੂਸਰੇ ਕੰਮ ਨਿਭੇੜਦਾ ਹੈ ਸਤਵਚਨ ਕੇ ਲਖਬੀਰ ਸਿੰਘ ਨੇ ਸਕੂਟਰ ਚੁੱਕਿਆ ਤੇ ਅਵਤਾਰ ਸਿੰਘ ਕੋਲ ਗਿਆ ਅਵਤਾਰ ਸਿੰਘ ઋષਿ ਸਾਗੁਰ ਜੀ ਦੇ ਆਉਣ ਬਾਰੇ ਦੱਸਿਆ ਪੇਨਾਲੀ ਉਹਦੇ ਨਾਲ ਸਲਾਹ ਕੀਤੀ ਕਿ ਪਾਸ਼ਾ ਜੀ ਤੇ ਆ ਹੀ ਰਹੇ ਹਨ ਕਿਉਂ ਨਾ ਬਸੰਨਾ ਮੇਲਾ ਰੱਖ ਲਿਆ ਜਾਵੇ ਸਲਾਹ ਕਰਕੇ ਮੇਲੇ ਦੀ ਤਾਰੀਖ 17 ਤਾਰੀਖ ਦੁਪਹਿਰ ਦਾ ਨਿਤਨੇਮ ਤੇ 18 ਤਾਰੀਖ ਸਵੇਰੇ ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਨਾਲ ਬਸੰ ਦੇ ਮੇਲੇ ਦਾ ਪ੍ਰੋਗਰਾਮ ਉਲੀਕੇ ਪਾਸ਼ਾ ਜੀ ਨੂੰ THAILAND ਹੀ ਫੋਨ ਤੇ ਅਰਜ਼ ਬੇਨਤੀ ਕੀਤੀ ਪਾਸ਼ਾ ਜੀ ਖੁਸ਼ ਹੋਏ ਤੇ ਉਹਨਾਂ ਨੇ ਮੇਲੇ ਦੀ ਪ੍ਰਵਾਨਗੀ ਦੇ ਦਿੱਤੀ ਇਸ ਤਰ੍ਹਾਂ ਬਾਦਸ਼ਾਹ ਜੀ ਆਪਣੇ ਸੇਵਕਾਂ ਦੇ ਦਿਲਾਂ ਦੀਆਂ ਜਾਣਦੇ ਹੋਏ ਉਹਨਾਂ ਨੂੰ ਨਿਵਾਜ਼ਦੇ ਹਨ ਸਾਰੇ ਹੀ ਆਖ ਲਈਏ ਤਾਨਸ਼ੀਰੀ ਸਾਧਗੁਰੂ ਜਗਜੀਤ ਸਿੰਘ ਜੀ ਅੰਤਰਿਆਮੀ ਸਾਧਗੁਰੂ ਜੀ ਉਹਨਾਂ ਦੇ ਚਰਨਾਂ ਵਿੱਚ ਸਾਡੀ ਅਨੇਕਾਂ ਵਾਰੀ ਦੰਡੋਤ ਬੰਦਨਾ